ਮਾਂ ਦਾ ਦਰਜਾ ਅਤੇ ਮਾਂ ਦਾ ਰਿਸ਼ਤਾ ਸੰਸਾਰ ਦੇ ਸਭ ਰਿਸ਼ਤਿਆਂ ਤੋਂ ਉੱਚਾ ਹੁੰਦਾ ਹੈ। ਮਾਂ ਦੇ ਪਿਆਰ ਤੋਂ ਸੱਖਣੇ ਮਨੁੱਖ ਦੀ ਜ਼ਿੰਦਗੀ ਨਾਮਾਤਰ ਹੁੰਦੀ ਹੈ ਅਤੇ ਮਾਂ ਵਾਲੇ ਸਾਰੇ ਹੀ ਗੁਣਾਂ ਨਾਲ ਭਰਪੂਰ ਸਨ। ਸ਼੍ਰੀਮਤੀ ਨੀਰੂ ਕਈ ਜੀ, ਸ਼੍ਰੀਮਤੀ ਨੀਰੂ ਕਈ ਜੀ ਇੱਕ ਬਹੁਤ ਹੀ ਚੰਗੇ ਅਤੇ ਸੰਸਕਾਰੀ ਔਰਤ ਸਨ। ਆਪ ਜੀ ਨੇ ਆਪਣੇ ਪਰਿਵਾਰ ਨੂੰ ਵੀ ਸਹੀ ਸੇਧ ਦਿੱਤੀ। ਆਪ ਜੀ ਦੇ ਬੱਚੇ ਵੀ ਬਹੁਤ ਹੀ ਚੰਗੇ, ਨੇਕ ਅਤੇ ਆਗਿਆਕਾਰੀ ਹਨ ਅਤੇ ਆਪਣੀ ਮਾਤਾ ਜੀ ਦੇ ਪਾਏ ਪੂਰਨਿਆਂ ਤੇ ਚੱਲ ਕੇ ਜ਼ਿੰਦਗੀ ਬਸਰ ਕਰਨ ਲਈ ਵਚਨਬੱਧ ਹਨ। ਸ਼੍ਰੀਮਤੀ ਨੀਰੂ ਕਈ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਰਾਮ ਹਾਲ ਦੇਵੀ ਤਲਾ ਮੰਦਿਰ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਜੀ ਵੱਲੋਂ ਜੀਵਨ ਅਤੇ ਮੌਤ ਦੀਆਂ ਸੱਚਾਈਆਂ ਬਾਰੇ ਚਾਨਣਾ ਪਾਇਆ ਅਤੇ ਸਭਨਾ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ। ਆਹ
ਪਰ ਤੂੰ ਤਾਂ ਪਾੜੀ ਤਨ ਸੇਲੀ ਟੁੱਟੀ ਹੈ ਫਿਰ ਝੂਮਤ ਦੁਆਰ ਗਜੇਂਦਰ ਹਜ਼ਾਰੋਂ ਇੰਦਰ ਤੈਨਾ ਇੱਕ ਘੜੀ ਹੈ ਪਰ ਤੁਲਸੀ ਰਘੁਨਾਥ ਬਦਨ ਕੇ ਬਿਨਾ ਜੈਸੇ ਸੁੰਦਰ ਨਾਰੀ ਨਾਤੀ ਕਰੀ ਗਏ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਸ਼੍ਰੀ ਰਾਮ ਜੈ ਰਾਮ ਜੈ ਰਾਮ ਜੈ ਜੈ ਰਾਮ।